ਤੁਸੀਂ ਅੱਜ ਮਤਲਬ ਇੱਕ ਪਗੜੀ ਬਣਵਾਈ ਹੈ ਸਾਰਿਆਂ ਨੂੰ ਪੱਗਾਂ ਬਣਵਾਈਆਂ ਬੱਚਿਆਂ ਨੂੰ ਵੱਡਿਆਂ ਨੂੰ ਤੇ ਤੁਸੀਂ ਕੀ ਕਰਨਾ ਚਾਹੁੰਦੇ ਅਸੀਂ ਤੇ ਇਹ ਚਾਹੁੰਦੇ ਹਾਂ ਕਿ ਸਰ ਕਿ ਸਾਡੇ ਆ ਨਹੀਂ ਕਹਿੰਦੇ ਕਿ ਆਪਾਂ ਦਸਤਾਰ ਸਜਾਈਏ ਤੇ ਸਾਰੇ ਸਿੱਖੀ ਸਰੂਪ ਨਾ ਹੋਣ ਕਿ ਕੋਈ ਮੈਂ ਆਪਾਂ ਕਹਿੰਦੇ ਕੋਈ ਇੱਕ ਸਾਡੇ 'ਚ ਜੇ ਆਪਾਂ ਸੋਹਣ ਸਜਾਈਏ ਕੋਈ 5-7-10 ਬੰਦੇ ਵੀ ਸਿੱਖੀ ਸਰੂਪ ਦੇ ਵਿੱਚ ਹਾਜ਼ਰ ਹੋ ਨਾਜ਼ਰ ਹੋ ਜਾਣ ਤੇ ਸਾਡੇ ਵਾਸਤੇ ਬਹੁਤ ਵੱਡੀ ਸੇਵਾ ਹੈਗੀ ਜੀ ਗੱਲ ਕੀਤੀ ਜਾਵੇ ਜੀ ਕਿਸੇ ਪਾਸੇ ਕ੍ਰਿਸਮਿਸ ਵੀ ਆ ਅਤੇ ਕਈ ਜਣੇ ਵੀ ਕਹਿੰਦੇ ਨੇ ਕਿ ਕ੍ਰਿਸਮਿਸ ਨੂੰ ਨਾ ਮਨਾਓ ਆਪਣਾ ਜੋ ਹੈ ਸ਼ਹੀਦੀ ਦਿਹਾੜਾ ਉਸ ਨੂੰ ਯਾਦ ਕਰਨਾ ਚਾਹੀਦਾ ਕਿ ਜਿਨ੍ਹਾਂ ਨੇ ਆਪਣੇ ਧਰਮ ਲਈ ਜੋ ਹੈ ਕਿ ਇੰਨੇ ਵੱਡੀ ਕੁਰਬਾਨੀਆਂ ਦਿੱਤੀ ਭਾਅ ਜੀ ਵੇਖੋ ਕ੍ਰਿਸਮਿਸ ਚਲੋ ਜਿਨ੍ਹਾਂ ਦਾ ਧਰਮ ਹੈਗਾ ਵਾ ਉਹਨਾਂ ਨੂੰ ਮੁਬਾਰਕ ਹੈ ਸਾਡਾ ਧਰਮ ਇਹ ਦਿਨਾਂ ਦੇ ਵਿੱਚ ਸਾਡੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਪਈਆਂ ਸੀਗੀਆਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦਾ ਵਿਛੋੜਾ ਪਿਆ ਸੀਗਾ ਅਤੇ ਚਲੋ ਸਾਡਾ ਇਹ ਕਲਚਰ ਨਹੀਂ ਹੈ ਜੀ छोटे छोटे बच्चों को सिखाया जाए कि उन्होंने जोड़े पुरख ने उन्होंने की कुरबानी देती हुई वा इस करके आप चाहते कि हर शहर च हर जगह हर महल च आ छोटा जहा उपरला करना चाहिए कि छोटे छोटे बच्चों को भी पता लगे कि साढ़े गुरुआ ने की किया जिहड़ा कह रहा अपने मूँह कह रहा कि आप जी सरदार पन्ना पग सजानी आप सजा के दे रहे हैं वह कोई पहा नहीं पग भी अपने को दे रहे हैं पग भी अपने को बंदा आप वखरा लाया एक पगा बन वास्ते वीर जी लाए हुए हैं बन रहे हैं जो कि वीडियो बना के वेच सकते हो उत्थे बन भी रहे हैं जिहड़ा अपने मूँह आ कहिंदा कि आप दस्तार सजानी उन्हें सजाणी सारे तुम देख रहे हो डीफाई चैनल पंजाबी ते मैं हाँ वंशिप सिंह कंवल जैसा कि तुम जानते हो अज जो है चार साहबजादा का शहीदी दिहाड़ा उत्ते चलते जो है कि कुछ लोगों वालों इस शहीदी दिहाड़े इतना मतलब कि वक्रे ढंग में जो है कि संपर्क किया जा रहा है कुछ लोगों वालों जो है कि 100 के करीब जो लोगों जो है कि पग्गा बनवाई गई चलते गलबात कर लें तो भाजी तुहाडा नाम की गुरप्रीत सिंह नाम मेरा तो की अज की उपराला तुहाडे वालों किया गया दस्तारा का उपराला किया छोटा जहा एक हाँ जी हाँ जी छोटे बच्चों सियाणियों नूं भी आपां सिरां ते दमाले पग्गां सजाईआं जी ते किन्ने छोटी उम्र ते वड्डी उम्र हाँ जी सारिआं नूं जी रल जो भी मतलब सिर ते सजाउण दा चाहवान सीगा उहनां दे सिरां ते सजाईआं जी ते भाजी गल कीती जावे जी किसे पासे क्रिसमस भी आ ते कई जणे भी कहिंदे ने कि क्रिसमस नूं ना मनाओ अपना जो है शहीदी दिहाड़ा उस नूं याद करना चाहीदा कि जिन्हां ने अपने धर्म लई जो है कि इन्नी वड्डी कुरबानीआं दित्ती भाजी वेखो क्रिसमस चलो जिन्हां दा धर्म हैगा वा उहनां नूं मुबारक साडा धर्म इह दिनां दे विच साडे ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਪਈਆਂ ਸੀਗੀਆਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦਾ ਵਿਛੋੜਾ ਪਿਆ ਸੀਗਾ ਅਤੇ ਚਲੋ ਸਾਡਾ ਇਹ ਕਲਚਰ ਨਹੀਂ ਹੈ ਜੀ ਹਾਂਜੀ ਸਾਡਾ ਜੋ ਕਲਚਰ ਹੈ ਉਹ ਸਿੱਖੀ ਨਾਲ ਜੋੜਨਾ ਜੋ ਸਿੱਖੀ ਨੂੰ ਮਤਲਬ ਵਧਾਵਾ ਦੇਣਾ ਜੀ ਜੀ ਬਹੁਤ ਵਧੀਆ ਤੁਹਾਡੇ ਵੱਲ ਇੱਕ ਉਪਰਾਲਾ ਕੀਤਾ ਪਰ ਕਈ ਜੋ ਸਕੂਲਾਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਕਈ ਸਰਦਾਰ ਬੱਚੇ ਨੇ ਉਹਨਾਂ ਨੂੰ ਵੀ ਜੋ ਹੈ ਕ੍ਰਿਸਮਿਸ ਦੀਆਂ ਟੋਪੀਆਂ ਪਵਾ ਕੇ ਅਤੇ ਮਤਲਬ ਕਿ ਉਹਨਾਂ ਨੂੰ ਵੀ ਜੋ ਹੈ ਸੈਂਟਾ ਕਲੌਸ ਬਣਾਇਆ ਜਾਂਦਾ ਤੁਹਾਨੂੰ ਲੱਗਦਾ ਕਿਤੇ ਆਪਣੀ ਜੋ ਕੁਰਬਾਨੀਆਂ ਉਹਨਾਂ ਨੂੰ ਵੀ ਮਤਲਬ ਕਿ ਯਾਦ ਕਰਾ ਕੇ ਸਕੂਲਾਂ ਦੇ ਵਿੱਚ ਰਖਾਉਣਾ ਚਾਹੀਦਾ ਉਹਨਾਂ ਨੂੰ ਉਹਨਾਂ ਕਰਕੇ ਕੀਤਾ ਜੀ ਬਾਕੀ ਇਹ ਮਾਂ ਪਿਓ ਨੂੰ ਵੀ ਚਾਹੀਦਾ ਕਿ ਜਿਹੜਾ ਕਿ ਆਪਾਂ ਉਹਨਾਂ ਦੇ ਸਕੂਲ 'ਚ ਨਾ ਆਪਾਂ ਪੜ੍ਹਾਈਏ ਸਿੱਖਾਂ ਦੇ ਸਕੂਲ ਵੀ ਬਹੁਤ ਵਧੀਆ ਪੜ੍ਹਾਈ ਹੈ ਜੀ 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 ਠੀਕ ਹੈ ਜੀ ਆਪਾਂ ਬੱਚੇ ਆਪਣੇ ਸਿੱਖੀ ਵਾਲੇ ਬੰਨੇ ਤੋਰਨੇ ਤੇ ਸਿੱਖਾਂ ਵਾਲੇ ਸਕੂਲ 'ਚ ਪਾ ਲਈਏ ਹਾਂਜੀ ਭਾਅ ਜੀ ਤੁਹਾਡਾ ਕੀ ਕਹਿਣਾ ਵਾ ਕਿ ਜੋ ਤੁਸੀਂ ਅੱਜ ਮਤਲਬ ਕਿ ਪਗੜੀ ਬਣਵਾਈ ਹੈ ਸਾਰਿਆਂ ਨੂੰ ਪੱਗਾਂ ਬਣਵਾਈਆਂ ਬੱਚਿਆਂ ਨੂੰ ਵੱਡਿਆਂ ਨੂੰ ਤਾਂ ਤੁਸੀਂ ਕੀ ਕਰਨਾ ਚਾਹੋ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਸਰ ਕਿ ਸਾਡੇ ਆ ਨਹੀਂ ਕਹਿੰਦੇ ਕਿ ਆਪਾਂ ਦਸਤਾਰ ਸਜਾਈਏ ਅਤੇ ਸਾਰੇ ਸਿੱਖੀ ਸਰੂਪ ਨਾ ਹੋਣ ਕਿ ਕੋਈ ਮੈਂ ਆਪਾਂ ਕਹਿੰਦੇ ਕੋਈ ਇੱਕ ਸਾਡੇ 'ਚ ਜੇ ਆਪਾਂ ਸੋਹਣ ਸਜਾਈਏ ਕੋਈ 5-7-10 ਬੰਦੇ ਵੀ ਸਿੱਖੀ ਸਰੂਪ ਦੇ ਵਿੱਚ ਹਾਜ਼ਰ ਹੋ ਨਾਜ਼ਰ ਹੋ ਜਾਣ ਤੁਹਾਡੇ ਵਾਸਤੇ ਬਹੁਤ ਵੱਡੀ ਸੇਵਾ ਹੈਗੀ ਉਸ ਤੋਂ ਵੱਡੀ ਸੇਵਾ ਨਹੀਂ ਹੋਈ ਅਤੇ ਬੱਚਿਆਂ ਨੂੰ ਵੀ ਜੋ ਹੈ ਕਿ ਪੜ੍ਹਾਈ ਮਤਲਬ ਕਿ ਦੱਸਣਾ ਚਾਹੀਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵਾ ਕਿ ਸਾਡੇ ਜੋ ਕੀ ਮਤਲਬ ਕਿ ਕੁਰਬਾਨੀ ਕੀ ਦਿੱਤੀ ਹੈ ਸਾਡੇ ਮਤਲਬ ਕਿ ਧਰਮ ਲਈ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਇਹ ਹਰ ਜਗ੍ਹਾ 'ਤੇ ਇਹ ਦਿਹਾੜਾ ਜਿਹੜੇ ਆ ਪਰਵ ਹੈਗੇ ਜਿਹੜੇ ਆਪਾਂ ਜਿਹੜੇ ਸ਼ਹੀਦੀ ਦਿਹਾੜੇ ਇਹ ਹਰ ਜਗ੍ਹਾ 'ਤੇ ਮਨਾਏ ਆ ਜਿਹੜੇ ਆਹ ਛੋਟੇ ਛੋਟੇ ਬੱਚਿਆਂ ਨੂੰ ਸਿਖਾਇਆ ਜਾਵੇ ਕਿ ਉਹਨਾਂ ਦੇ ਜਿਹੜੇ ਪੁਰਖ ਨੇ ਉਹਨਾਂ ਨੇ ਕੀ ਕੁਰਬਾਨੀਆਂ ਦਿੱਤੀਆਂ ਹੋਈਆਂ ਵਾ ਇਸ ਕਰਕੇ ਆਪਾਂ ਆ ਚਾਹੁੰਦੇ ਕਿ ਹਰ ਸ਼ਹਿਰ 'ਚ ਹਰ ਜਗ੍ਹਾ ਹਰ ਮਹੱਲੇ 'ਚ ਆ ਛੋਟਾ ਜਿਹਾ ਉਪਰਾਲਾ ਕਰਨਾ ਚਾਹੀਦਾ ਕਿ ਛੋਟੇ ਛੋਟੇ ਬੱਚਿਆਂ ਨੂੰ ਵੀ ਪਤਾ ਲੱਗੇ ਕਿ ਸਾਡੇ ਗੁਰੂਆਂ ਨੇ ਕੀ ਕੀਤਾ ਸਾਡੇ ਵਾਸਤੇ ਪਰ ਭਾਅ ਜੀ ਗੱਲ ਕੀਤੀ ਹੋਵੇ ਕਈ ਮਤਲਬ ਕਿ ਕਈ ਜਿਹੜੇ ਆ ਧਰਮ ਨੂੰ ਅੰਮ੍ਰਿਤਪਾਲ ਜੀ ਹੋਣੀ ਹੋ ਗਏ ਜਾਂ ਹੋਰ ਕੋਈ ਹੋ ਗਿਆ ਉਹਨਾਂ ਦੀ ਗੱਲ ਕਰ ਲੈਂਦੇ ਆ ਉਹ ਜੋ ਹੈ ਇੱਕ ਪਾਸੇ ਪ੍ਰਚਾਰ ਵੀ ਕਰਦੇ ਨਜ਼ਰ ਆ ਰਹੇ ਨੇ ਆਪਾਂ ਅੰਮ੍ਰਿਤਪਾਲ ਜੀ ਇਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ ਚਲੋ ਉਹ ਵੀ ਆਪਣੇ ਥਾਂ ਸਹੀ ਆ ਉਹ ਬੜੇ ਉਹਨਾਂ ਨੇ ਬੜੇ ਲੋਕਾਂ ਨੂੰ ਉਹ ਗਲਤ ਰਾਏ ਤੋਂ ਨਸ਼ਿਆਂ ਤੋਂ ਛਡਾ ਕੇ ਉਹਨਾਂ ਨੂੰ ਆ ਸਿੱਖੀ ਵੱਲ ਲੈ ਕੇ ਆ ਰਹੇ ਨੇ ਆਪਾਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਆਪਾਂ ਕਹਿੰਦੇ ਸਾਰੇ ਧਰਮ ਆਪਣੇ ਵਿੱਚ ਵਧੀਆ ਹੈਗੇ ਆ ਆਪਾਂ ਕਹਿੰਦੇ ਜਿਹੜੇ ਸਾਡੇ ਸਿੱਖ ਹੈਗੇ ਜਿਹੜੇ ਸਿੰਘ ਹੈਗੇ ਆ ਜਿਨ੍ਹਾਂ ਨਾਮ 'ਚ ਸਿੰਘ ਲੱਗਦਾ ਉਹ ਘੱਟੋ ਘੱਟ ਆਪਣੇ ਸਿੱਖੀ ਸਰੂਪ 'ਚ ਆਉਣ ਅਤੇ ਆਪਣੇ ਗੁਰੂਆਂ ਨਾਲ ਜੁੜਨ ਅਤੇ ਭਾਅ ਜੀ ਗੱਲ ਕੀਤੀ ਜਾਵੇ ਤੁਹਾਨੂੰ ਕੀ ਲੱਗਦਾ ਕਿ ਹੋਰ ਕਿਹੜੇ ਕਿਹੜੇ ਜੋ ਹੈ ਲੋਕਾਂ ਨੂੰ ਉਪਰਾਲੇ ਕਰਨੇ ਚਾਹੀਦੇ ਕਿ ਜੋ ਮਤਲਬ ਕਿ ਬੱਚਿਆਂ ਤੋਂ ਲੈ ਕੇ ਮਤਲਬ ਕਿ ਬੱਚੇ ਜੋ ਹੁੰਦੇ ਉਹਨਾਂ ਨੂੰ ਵੀ ਜੋ ਆਪਣੇ ਧਰਮ ਬਾਰੇ ਪਤਾ ਲੱਗ ਸਕੇ ਕਿ ਕਿੰਨੇ ਕੁਰਬਾਨੀਆਂ ਦਿੱਤੀਆਂ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀਆਂ ਅਤੇ ਮਤਲਬ ਕਿ ਪੂਰਾ ਸਰਬੰਸ ਵਾਰਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਅਤੇ ਹੋਰ ਕੀ ਉਪਰਾਲੇ ਤੁਹਾਨੂੰ ਲੱਗਦਾ ਕਰਨੇ ਚਾਹੀਦੇ ਸਾਰੇ ਉਪਰਾਲੇ ਕਰਨੇ ਚਾਹੀਦੇ ਜੀ ਦੇਖੋ ਸਾਰੇ ਸ਼ਹੀਦੀ ਜਿਹੜੇ ਆ ਸ਼ਹੀਦੀ ਦਿਹਾੜੇ ਮਨਾਉਣ ਨਾਲ ਸਾਰਿਆਂ ਨੂੰ ਪਤਾ ਲੱਗੇਗਾ
ਗਾਂ ਗਾਂ ਬੱਚਿਆਂ ਨੂੰ ਵੀ ਆਪਾਂ ਸਮਝਾਵਾਂਗੇ, ਆਪਣੇ ਬੱਚਿਆਂ ਨਾਲ ਲਾਵਾਂਗੇ, ਤਾਂ ਹੀ ਕਿਸੇ ਬੱਚਿਆਂ ਨੂੰ ਪਤਾ ਲੱਗੇਗਾ ਉਸ ਤਰ੍ਹਾਂ ਕਿਸ ਤਰ੍ਹਾਂ ਪਤਾ ਲੱਗੇਗਾ। ਅਸੀਂ ਇੱਥੇ ਲੰਗਰ ਦੀ ਦੁੱਧ ਦੀ ਸੇਵਾ ਕੀਤੀ ਹੈ, ਆਪਾਂ ਜੀ ਮੋਤੀ ਰਾਮ ਮਹਿਰਾ ਜੀ ਨੂੰ ਸਮਰਪਿਤ ਕੀਤਾ ਹੈ ਕਿ ਦੁੱਧ ਜੀ ਉਹਨਾਂ ਨੇ ਛੋਟੇ ਸਾਹਿਬ ਜਿਹਨੂੰ ਦੁੱਧ ਪਿਆ ਸੀ ਉਹਨਾਂ ਨੂੰ ਸਮਰਪਿਤ ਹੈ ਕਿ ਅੱਜ ਦੁੱਧ ਦੀ ਸੇਵਾ ਲਾਈ ਗਈ ਹੈ ਅਤੇ ਦੁੱਧ ਦੀ ਅਤੇ ਲੰਗਰ ਪ੍ਰਸ਼ਾਦਾ ਛਕਾਇਆ ਗਿਆ। ਅਤੇ ਆਹ ਨਹੀਂ ਹੈ ਕਿ ਆਪਾਂ ਸਿਰਫ ਆਹ ਕਹਿੰਦੇ ਕਿ ਸਿਰਫ ਆਪਾਂ ਸਿੱਖ ਹੀ ਆਈ ਹਾਂ, ਜਿਹੜੇ ਹਿੰਦੂ ਵੀਰ ਵੀ ਸਾਡੇ ਨਾਲ ਬਹੁਤ ਜ਼ਿਆਦਾ ਸਾਡੇ ਦੀਪਕ ਭਾਈ ਗਏ ਆ, ਉਹ ਵੀ ਹਿੰਦੂ ਵੀਰ ਨੇ, ਸਾਡੇ ਨਾਲ ਸਾਰੇ ਰਲ ਮਿਲ ਕੇ ਆਪਾਂ ਸੇਵਾ ਕਰ ਰਹੇ ਹਾਂ। ਹੋਰ ਕਿੰਨੇ ਕੁ ਹਾਲੇ ਵੀ ਤੁਹਾਡੇ ਵੱਲੋਂ ਜੋ ਪੱਗਾਂ ਬਣਾਈ ਜਾ ਰਹੀਆਂ ਜਿਹੜੇ ਮਤਲਬ ਕਿ ਆ ਰਹੇ ਨੇ? ਜਿਹੜਾ ਕਹਿ ਰਿਹਾ ਆਪਣੇ ਮੂੰਹ ਕਹਿ ਰਿਹਾ ਕਿ ਆਪਾਂ ਜੀ ਸਰਦਾਰ ਭੰਨਾ ਪੱਗ ਸਜਾਣੀ ਉਹਨੂੰ ਆਪਾਂ ਸਜਾ ਕੇ ਦੇ ਰਹੇ ਹਾਂ, ਉਹਦਾ ਕੋਈ ਪਾਹਾ ਨਹੀਂ, ਪੱਗ ਵੀ ਆਪਣੇ ਕੋਲੋਂ ਦੇ ਰਹੇ ਹਾਂ, ਪੱਗ ਵੀ ਆਪਣੇ ਕੋਲੋਂ ਬੰਦਾ ਆਪਾਂ ਵੱਖਰਾ ਲਾਇਆ, ਇੱਕ ਉਹ ਪੱਗਾਂ ਬੰਨਣ ਵਾਸਤੇ ਵੀਰ ਜੀ ਲਾਏ ਹੋਏ ਨੇ, ਉਹ ਬੰਨ ਰਹੇ ਨੇ, ਜੇ ਤੁਸੀਂ ਉਹ ਵੀਡੀਓ ਬਣਾ ਕੇ ਵੇਖ ਸਕਦੇ ਹੋ ਉੱਥੇ ਬੰਨ ਵੀ ਰਹੇ ਨੇ, ਜਿਹੜਾ ਆਪਣੇ ਮੂੰਹ ਆ ਕਹਿੰਦਾ ਕਿ ਆਪਾਂ ਦਸਤਾਰ ਸਜਾਣੀ ਉਹਨਾਂ ਸਜਾਉਣ। ਸ਼ੁਕਰੀਆ ਜੀ। ਦੂਸਰਾ ਕਿ ਤੁਸੀਂ ਦੇਖ ਸਕਦੇ ਹੋ ਕਿ ਹੋਰ ਵੀ ਨਾਲ ਮਤਲਬ ਕਿ ਲੇਡੀਜ਼ ਮੌਜੂਦ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਹਾਂਜੀ, ਤੁਸੀਂ ਪਹਿਲਾਂ ਤਾਂ ਤੁਹਾਡਾ ਕੀ ਕਹਿਣਾ ਹੋਵੇ ਕਿ ਜੋ ਅੱਜ ਤੁਹਾਡੇ ਵੱਲੋਂ ਜੋ ਉਪਰਾਲਾ ਕੀਤਾ ਗਿਆ ਪੱਗਾਂ ਬਣਵਾਉਣ ਦਾ, ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਉਪਰਾਲਾ ਬਹੁਤ ਵਧੀਆ ਕੀਤਾ, ਜੋ ਵੀ ਇਹ ਸਾਡੀ ਅੱਜ ਦੀ ਯੁਵਾ ਪੀੜ੍ਹੀ ਨੇ ਇਹ ਕਦਮ ਚੁੱਕਿਆ ਵਾ, ਮੈਂ ਤਾਂ ਬਹੁਤ ਖੁਸ਼ ਹਾਂ ਇਸ ਗੱਲ ਤੋਂ। ਪਰ ਦੇਖੋ, ਜਿਹੜੇ ਆਪਣੇ ਸਿੱਖ ਪਰਿਵਾਰ ਆਪਣੇ ਹੋ ਕੇ, ਉਹ ਜਿਹੜੇ ਸਿੱਖ ਹੋ ਕੇ ਵੀ ਉਹ ਆਪਣੇ ਅੱਜ ਦੇ ਦਿਨ ਨੂੰ ਮਨਾ ਰਹੇ, ਜਿਵੇਂ ਕ੍ਰਿਸਮਿਸ ਡੇ ਹੋਇਆ, ਆਪਣੇ ਬੱਚਿਆਂ ਨੂੰ ਉਹ ਦੱਸ ਰਹੇ, ਉਹਦੇ ਬਾਰੇ ਗਿਆਨ ਦਿੱਤਾ ਜਾਂਦਾ ਵਾ। ਪਰ ਆਪਾਂ ਨੂੰ ਚਾਹੀਦਾ ਵਾ ਕਿ ਆਪਾਂ ਆਪਣੇ ਬੱਚਿਆਂ ਨੂੰ ਆਪਣੀ ਸਿੱਖੀ ਨਾਲ ਜੋੜੀਏ, ਔਰ ਆਪਣੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੱਸੀਏ, ਔਰ ਉਹਨਾਂ ਦੀਆਂ ਸ਼ਹੀਦੀਆਂ ਬਾਰੇ ਦੱਸੀਏ, ਉਹਨਾਂ ਦੇ ਸਾਰੇ ਪਰਿਵਾਰ ਦਾ ਵਿਛੋੜਾ ਕਿਸ ਤਰ੍ਹਾਂ ਆਇਆ ਉਹਨਾਂ ਬਾਰੇ ਚਾਨਣ ਕਰਾਈਏ, ਅਤੇ ਸਰਦਾਰ ਸਜਾਈਏ, ਸੋਹਣੀਆਂ ਸੂਰਤਾਂ ਬਣਾਈਏ ਬੱਚਿਆਂ ਦੀਆਂ, ਨਾ ਕਿ ਉਹਨਾਂ ਨੂੰ ਅਸੀਂ ਪੁੱਠੇ ਪਾਸੇ ਲਾਈਏ। ਅੱਜ ਦੀ ਯੁਵਾ ਪੀੜ੍ਹੀ ਬਹੁਤ ਸਾਰੀ ਨਸ਼ਿਆਂ 'ਚ ਖਰਾਬ ਹੁੰਦੇ ਹੀ ਆ, ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਤੁਰ ਪਈ ਆ, ਅਤੇ ਇਸ ਕਰਕੇ ਇਹ ਮਾਂ ਪਿਓ ਦਾ ਹੀ ਫਰਜ਼ ਬਣਦਾ ਵਾ, ਸਿੱਖ ਪਰਿਵਾਰਾਂ ਦਾ ਖਾਸ ਕਰਕੇ, ਕਿ ਆਪਣੇ ਬੱਚਿਆਂ ਨੂੰ ਸਿੱਖੀ ਦੀ ਲਹਿਰ ਨਾਲ ਜੋੜੀਏ, ਔਰ ਸਿੱਖਾਂ ਦੇ ਧਰਮ ਵਿੱਚ ਆਪਣੇ ਆਪ ਨੂੰ ਜੋੜ ਕੇ ਚੜ੍ਹਦੀ ਕਲਾ ਵਿੱਚ ਰਹੀਏ। ਕਿਉਂਕਿ ਅੱਜ ਬਹੁਤ ਸਾਰੇ ਬੱਚੇ ਆ ਜਿਹੜੇ ਅੱਜ ਦੂਜੇ ਸਾਈਡ 'ਤੇ ਹੋਈ ਜਾ ਰਹੇ, ਆਪਣੇ ਧਰਮ ਨੂੰ ਹੀ ਬਦਲੀ ਜਾਣਦੇ, ਬਹੁਤ ਸਾਰੇ ਲੋਕ ਜਿਹੜੇ ਕਿ ਕ੍ਰਿਸਮਿਸ ਡੇ ਮਨਾ ਰਹੇ ਆ, ਜੱਸੂ ਮਸੀਹ ਵਾਲੇ ਬਣੀ ਜਾ ਰਹੇ ਆ ਸਾਰੇ, ਔਰ ਅਸੀਂ ਇਹ ਨਹੀਂ ਕਹਿੰਦੇ, ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ, ਪਰ ਜਿਨ੍ਹਾਂ ਦਾ ਧਰਮ ਆ ਉਹਨਾਂ ਨੂੰ ਇਹ ਮੁਬਾਰਕ ਹੋਣਾ ਚਾਹੀਦਾ ਵਾ, ਨਾ ਕਿ ਸਾਡੇ ਵਰਗੇ ਸਰਦਾਰ ਵੀ ਉੱਠ ਕੇ ਉਹਨਾਂ ਦੇ ਮਗਰ ਲੱਗ ਜਾਣ, ਇਹ ਕੰਮ ਨਹੀਂ ਹੋਣਾ ਚਾਹੀਦਾ। ਔਰ ਅੱਜ ਜੋ ਬੱਚਿਆਂ ਨੇ ਦਸਤਾਰਬੰਦੀ ਦਾ ਉਪਰਾਲਾ ਕੀਤਾ, ਬਹੁਤ ਵਧੀਆ ਕੀਤਾ ਗਿਆ, ਔਰ ਬਹੁਤ ਵਧੀਆ ਹੰਗਾਰਾ ਮਿਲਿਆ ਵਾ। ਅੱਜ 100 ਤੋਂ 150 ਬੱਚਿਆਂ ਨੇ ਦਸਤਾਰਾਂ ਸਜਾਈਆਂ ਹਿੰਦੂਆਂ ਨੇ, ਅਤੇ ਸਰਦਾਰਾਂ ਨੇ ਵੀ ਸਜਾਈਆਂ, ਅਤੇ ਹਿੰਦੂਆਂ ਦੇ ਬੱਚਿਆਂ ਨੇ ਵੀ ਸਜਾਈਆਂ, ਇਸ ਗੱਲ ਦੀ ਬਹੁਤ ਖੁਸ਼ੀ ਹੋਈ ਆ, ਅਤੇ ਹਮੇਸ਼ਾ ਖਾਲਸਾ ਚੜ੍ਹਦੀ ਕਲਾ ਵਿੱਚ ਰਿਹਾ ਅਤੇ ਚੜ੍ਹਦੀ ਕਲਾ ਵਿੱਚ ਹੀ ਰਹੇਗਾ। ਅਤੇ ਤੁਸੀਂ ਗੱਲ ਕੀ ਧਰਮ ਪਰਿਵਰਤਨ ਦੀ ਗੱਲ ਕੀਤੀ, ਕਿ ਵੈਸੇ ਕਈ ਜੀ ਜੋ ਮਤਲਬ ਕਿ ਨੇ ਉਹ ਮਜਬੂਰੀਆਂ ਦੇ ਕਿ ਤੁਹਾਡੇ ਹੀ ਪਰਿਵਾਰ ਨੂੰ ਬਾਹਰ ਭੇਜ ਦਾਂਗੇ ਜਾਂ ਤੁਹਾਡੀ ਪੈਸੇ ਨਹੀਂ ਮਦਦ ਕਰ ਦਾਂਗੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਮਤਲਬ ਪੈਸੇ ਲੈ ਕੇ ਜੋ ਕੁਛ ਕੰਮ ਕਰਕੇ ਆਪਣੇ ਧਰਮ ਬਦਲ ਲੈਂਦੇ? ਦੇਖੋ ਜੀ, ਆਪਣੇ ਇਹ ਪੈਸੇ ਲੈ ਕੇ ਜਿਹੜੇ ਧਰਮ ਨੂੰ ਬਦਲਿਆ ਜਾ ਰਿਹਾ ਵਾ, ਅਤੇ ਇਹ ਇਹਦੇ ਨਾਲੋਂ ਚੰਗਾ ਕਿ ਆਪ ਮਿਹਨਤਾਂ ਕਰ ਲੈਣ, ਔਰ ਕੋਈ ਵੀ ਧਰਮ, ਮੈਂ ਨਹੀਂ ਕਹਿੰਦੀ ਕਿ ਕੋਈ ਸਰਦਾਰ ਪੈਸੇ ਦਿੰਦਾ ਵਾ ਜਾਂ ਕੋਈ ਜੱਸੂ ਮਸੀਹ ਵਾਲਾ ਪੈਸੇ ਦਿੰਦਾ, ਇਹ ਜੋ ਕੁਛ ਜਿਹੜੇ ਦੂਸਰੇ ਅੰਸਰ ਆ ਉਹ ਇਸ ਗੱਲ ਨੂੰ ਬੜਾਵਾ ਦਿੰਦੇ ਆ, ਔਰ ਲੋਕਾਂ ਨੂੰ ਪੁੱਠੇ ਪਾਸੇ ਲਾਈ ਜਾ ਰਹੇ ਆ, ਅਤੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਮਸੀਹ ਇਹ ਨਹੀਂ ਕਹੇਗਾ ਕਿ ਸਾਡੇ ਧਰਮ 'ਚ ਆ ਜਾਓ ਜਾਂ ਕੋਈ ਇਸ ਤਰ੍ਹਾਂ, ਅਸੀਂ ਉਹਨਾਂ ਨੂੰ ਵੀ ਮਾੜਾ ਨਹੀਂ ਕਹਿੰਦੇ, ਉਹ ਵੀ ਆਪਣੇ ਭਰਾ ਨੇ, ਆਪਣੇ ਦੇਸ਼ ਦੇ ਵਾਸੀ ਆ, ਇਸ ਕਰਕੇ ਅਸੀਂ ਤਾਂ ਇਹੋ ਕਹਾਂਗੇ ਵੀ ਲਾਲਚ ਦੇ ਕੇ ਕਿਸੇ ਦਾ ਧਰਮ ਪਰਿਵਰਤਿਤ ਨਾ ਕਰੋ, ਅਤੇ ਆਪਣੇ ਜਿਹੜੇ ਸਿੱਖ ਪਰਿਵਾਰ ਆ, ਸਿੱਖ ਪਰਿਵਾਰ 'ਤੇ ਆਪਣੇ ਗੁਰੂ ਸਾਹਿਬਾਂ ਦੇ ਨਾਲ ਜੁੜਨ, ਅਤੇ ਮਹਾਰਾਜ ਉਹਨਾਂ ਦੇ ਵੈਸੇ ਚੜ੍ਹਦੀ ਕਲਾ ਕਰ ਦੇਣਗੇ। ਜੀ ਸ਼ੁਕਰੀਆ ਜੀ। ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਯੋਗਾ ਅੱਜ ਬਹੁਤ ਸੋਹਣੀਆਂ ਪੱਗਾਂ ਬਣਾਈਆਂ ਗਈਆਂ, ਅਤੇ ਇਹਨਾਂ ਨੇ ਗੱਲ, ਬੇਟਾ ਨਾਮ ਕੀ ਤੁਹਾਡਾ? ਸਵਰੀਤ। ਅਤੇ ਕਿੱਦਾਂ ਦਾ ਲੱਗ ਰਿਹਾ ਅੱਜ? ਵਧੀਆ ਲੱਗ ਰਿਹਾ? ਹਾਂਜੀ। ਦੁਮਾਲਾ ਬੰਨਿਆ ਅਤੇ ਅੱਜ, ਅਤੇ ਇਹ ਖੁਦ ਬੰਨਿਆ ਜਾਂ ਮੰਮੀ ਪਾਪਾ ਨੇ ਬੰਨਿਆ? ਇਹ ਪਾਪਾ ਨੇ ਬੰਨਿਆ। ਵਧੀਆ ਲੱਗਦਾ ਬੰਨਣਾ ਦੁਮਾਲਾ? ਜੀ। ਛੋਟੇ ਸਾਹਿਬਜ਼ਾਦਿਆਂ ਬਾਰੇ ਪਤਾ ਜੋ ਅੱਜ ਦਾ ਦਿਨ ਹੈ? ਹਾਂਜੀ। ਪਤਾ ਕਿਉਂ ਬਣਾਇਆ ਨਾ ਜੀ? ਕਿਉਂਕਿ ਇਸ ਦਿਨ ਸ਼ਹੀਦ ਹੋਏ ਸੀ। ਜੀ ਜੀ ਸ਼ੁਕਰੀਆ। ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਬੱਚੇ ਨੇ, ਕਿ ਦੁਮਾਲਾ ਸਜਾਇਆ ਹੋਇਆ ਵਾ, ਉੱਤੇ ਨਾਲ ਖੰਡਾ ਲਗਾਇਆ, ਕਿੰਨੇ ਸੋਹਣੇ ਲੱਗ ਰਹੇ ਨੇ ਕਿ ਅੱਜ ਜੋ ਇਹਨਾਂ ਵੱਲੋਂ ਇੱਕ ਛੋਟਾ ਹੋਰ ਬੱਚਾ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣਾ ਮਤਲਬ ਕਿ ਦੁਮਾਲਾ ਸਿਰ 'ਤੇ ਸਜਾਇਆ ਹੋਇਆ, ਕਿੰਨਾ ਬੱਚਿਆਂ ਨੂੰ ਜੋ ਕਿ ਪਹਿਲੇ ਇੱਕ ਲੋਕ ਕੀ ਇੱਕ ਰਿਫੇਰ ਬੋਲੋ।
यार तुम देखा कि सोना जो है कि बच्चों को जो है अब दुमाला बनाया गया मतलब कि सजाया गया 100 करीब जो है लोगों जो अब शहीदी दिहाड़े के मतलब कि चलद जो है इन्हों एक पगों का जो है कि सजाया गया उन्होंने बनवाए गए दुमाले बनाए गए हैं कि लोगों को पता रख सके कि है साडा जो किन्नी कुर्बानियां दी गई हैं साढ़े एक धर्म वास्ते जो है कि अपना पूरा सरबंस वार दिता है तो एक पास क्रिसमस भी चलद भी उन्होंने वालों इन्होंने एक गल कही कि हर कोई जो है कि अपना धर्म मना सकता है खुशी है या गम का माहौल है हर कोई जो है मना सकता पर अपना जो है धर्म उसको याद रखो तो अपनी जो कुर्बानियां दीतियां ही उसको भी तुम याद रखो। बस श्री कवल D5 चैनल पंजाबी अमृतसर। सत श्री अकाल, मैं तुहाडा अपना धर्मेंद्र संधू खबरों का सिरा प्रोग्राम जो तुहाडा अपना प्रोग्राम है उसको तुम रोज़ाना सवेरे देखते हो पर इस प्रोग्राम दे विच हुण थोड़ी जी तब्दीली आई है तब्दीली समय च आई है भारतीय समय के मुताबक ये प्रोग्राम हुण तुसी सवेरे 7 बजे लाइव देख सकोगे यानी कि भारतीय समा जो भारत 7 बजते हैं तो उदो तुसी ये प्रोग्राम देख सकोगे 7 तो लैके 8 बजे तक लाइव प्रोग्राम होगा। जिस तरह रोज़ाना तुसी अपने हरमन प्यारे प्रोग्राम के नाल जुड़ते हो खबरों का सिरा प्रोग्राम का हिस्सा बनते हो उस तरह ही 7 बजे तो लैके 8 बजे तक भी तुसी रोज़ाना जुड़ना है। पहला ये प्रोग्राम 8:30 तो लैके 9:30 बजे तक भारतीय समय के मुताबक प्रसारित किया जाता सी लाइव किया जाता सी ते हुण जिस तरह के नाल बदलाव आते हैं मौसम के बदलाव आते हैं उस तरह अमेरिका कैनेडा का टाइम भी बदल जाता है तो वो मुताबक असी भी थोड़ा जहा बदलाव किया भारतीय समा बदल दिता गया भारतीय समय के मुताबक ये प्रोग्राम हुण जो तुहाडा अपना प्रोग्राम है खबरों का सिरा जिदा तुसीं हिस्सा हो परिवार का हिस्सा हो D5 चैनल पंजाबी दे वो प्रोग्राम हुण तुसीं सवेरे 7 बजे तो लैके 8 बजे तक लाइव देखोगे ये तुसीं कॉल भी कर सकते हो सुझाव दे सकते हो अपने विचार साडे नाल सांझे कर सकते हो तो अपने गली मुहल्ले हल्के इलाके का कोई भी मुद्दा साडे नाल सीधे तौर दे उत्ते सांझा कर सकते हो। तो इस प्रोग्राम दे विच उसे तरह ही गुरनाम सिंह कीदा सीनियर पत्रकार ते सीनियर एडिटर जसपाल सिंह ढिल्लों भी शिरकत करया करनगे टाइम टू टाइम ते नाल ही मैं भी तुहाडे नाल हाज़र होया करांगा। तो रोज़ाना तुसीं हुण प्रोग्राम देखना है भारतीय समय के मुताबक सवेरे 7 तो लैके 8 बजे तक 7 तो लैके 8 बजे तक भारतीय समय मुताबक असी तुहाडे नाल रोज़ाना रूबरू होया करांगे तुहाडे अपने हरमन प्यारे प्रोग्राम खबरों के सिरे दे विच। होएगी किसानों की गल नवी खेती मशीन बीजा ते बागां की गल लेके चलांगे तुहानू रंगले पंजाब दे खेतां वल। देखना ना भुलना साडा खास प्रोग्राम फार्मिंग विद अमरजीत वड़ैच सोमवार तो शुक्रवार सवेरे 7:30 बजे D5 चैनल पंजाबी ते। की हुंदी है जमाबंदी किवें बनदी है वसीयत जमीन जायदाद दे हर मसले ते करांगे चर्चा। देखना ना भुलना साडा खास प्रोग्राम नायब तहसीलदार .com D5 चैनल पंजाबी पूरे सब्सक्राइब करो बेल आइकन पे क्लिक करो।